ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਮੇਲ ਪੰਜਾਬੀ ਟੀਵੀ ਸਾਡਾ ਚੈਨਲ ਸਬਸਕ੍ਰਾਈਬ ਕਰੋ ਨਾਲ ਹੀ ਦਬਾਓ ਘੰਟੀ ਦਾ ਬਟਨ ਘੰਟੀ ਦਬਾਉਂਦੇ ਹੀ ਤੁਹਾਨੂੰ ਮਿਲਣਗੀਆਂ ਸਾਰੀਆਂ ਖਬਰਾਂ ਉਸੇ ਵੇਲੇ ਉਸੇ ਟਾਈਮ ਤੁਹਾਡੇ ਮੋਬਾਈਲ ਤੇ ਸਦਮੇ ਚ ਮੁਲਕ ਪਰ ਸਿਆਸਤਦਾਨ ਇਹ ਕਿਹੜੇ ਕੰਮ ਲੱਗੇ ਹੋਏ ਨੇ ਇਹ ਤਸਵੀਰਾਂ ਨੇ ਲੁਧਿਆਣਾ ਦੀਆਂ ਲੁਧਿਆਣਾ ਚ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਕਰਨ ਵਾਸਤੇ ਬੀਜੇਪੀ ਵਾਲੇ ਇਸ ਤਰ੍ਹਾਂ ਸੜਕ ਤੇ ਆ ਗਏ ਇਸ ਦੇ ਜਵਾਬ ਚ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਚ ਲੈ ਲਿਆ ਪਰ ਗੱਲ ਇੱਥੋਂ ਤੱਕ ਹੀ ਰਹਿੰਦੀ ਤਾਂ ਠੀਕ ਸੀ ਤੁਸੀਂ ਦੇਖੋ ਮੌਕੇ ਤੇ ਪਹੁੰਚੇ ਨਵਜੋਤ ਸਿੰਘ ਸਿੱਧੂ ਕਿਵੇਂ ਮੁਸਕਰਾ ਰਹੇ ਨੇ ਉਹਨਾਂ ਦੇ ਨਾਲ ਲੁਧਿਆਣਾ ਦੇ ਸਾਂਸਦ ਰਵਨੀਤ ਸਿੰਘ ਬਿੱਟੂ ਵੀ ਮੁਸਕਰਾ ਰਹੇ ਨੇ ਹੈਰਾਨੀ ਦੀ ਗੱਲ ਹੈ ਕਿ ਪੂਰਾ ਦੇਸ਼ ਸਦਮੇ ਚ ਪਰ ਸਿਆਸਤਦਾਨਾਂ ਨੂੰ ਮੁਸਕਰਾਹਟਾਂ ਸੁੱਜ ਰਹੀਆਂ ਨੇ ਤੁਸੀਂ ਆਪ ਹੀ ਵੇਖੋ ਕਿਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਤੇ ਸਾਂਸਦ ਰਵਨੀਤ ਸਿੰਘ ਬਿੱਟੂ ਮੌਕੇ ਦੇ ਉੱਤੇ ਮੁਸਕਰਾਉਂਦੇ ਨਜ਼ਰ ਆਏ ਉਹ ਵੀ ਉਸ ਵੇਲੇ ਜਦੋਂ ਮੀਡੀਆ ਦੇ ਨਾਲ ਗੱਲਬਾਤ ਸ਼ੁਰੂ ਹੋਈ ਸੀ ਮੀਡੀਆ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਪਹਿਲਾਂ ਦੋਨੋਂ ਇਸ ਤਰੀਕੇ ਦੇ ਨਾਲ ਮੁਸਕਰਾਉਂਦੇ ਹੋਏ ਦਿਖੇ ਤੁਸੀਂ ਆਪ ਹੀ ਦੇਖੋ ਅਗਲੀਆਂ ਤਸਵੀਰਾਂ ਕਿਸ ਤਰੀਕੇ ਦੇ ਨਾਲ ਮੌਕੇ ਦੇ ਉੱਤੇ ਦੋਵੇਂ ਵੱਡੇ ਲੀਡਰ ਮੁਸਕਰਾ ਰਹੇ ਸਨ ਤੁਸੀਂ ਸਮਝ ਸਕਦੇ ਹੋ ਨਾ ਉਹਦੀ ਕੋਈ ਨਹੀਂ ਮੇਰੀ ਮੇਰੀ ਜਿਹੜੀ ਸਟੇਟਮੈਂਟ ਆ ਉਹ ਬੜੀ ਵੱਡੀ ਸਟੇਟਮੈਂਟ ਕਿਆ ਕਿਆ ਇਹ ਚਾਹਤੇ ਹੈ ਕਿ ਆਤੰਕ ਕੇ ਆਗੇ ਘੁਟਨੇ ਟੇਕ ਦੀਆਂ ਜਾਏ ਕਿਆ ਚਾਰ ਆਤੰਕੀਓਂ ਕੀ ਵਜ੍ਹਾ ਸੇ ਜਿਨ੍ਹੋਂਨੇ ਹਮਾਰੇ ਜਵਾਨ ਸ਼ਹੀਦ ਕੀਏ ਹਮਾਰੀ ਪਗੜੀ ਪੇ ਦਾਗ ਲਗਾਇਆ ਹਮੇ ਹਤਾਤ ਕੀਆ क्या उनकी वजह से देश का विकास रुक जाएगा।